ਕਿਸਾਨ ਦੋਸਤੋ ਝੋਨੇ ਦੀ ਜਿਹੜੀ ਫਸਲ ਹੈ ਇਹ ਪਾਣੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਮਤਲਬ ਕਿ ਪਾਣੀ ਨੂੰ ਪਿਆਰ ਕਰਨ ਵਾਲੀ ਫਸਲ ਹੈ ਜੇ ਪਾਣੀ ਘੱਟ ਲੱਗੇ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ ਜੇ ਪਾਣੀ ਇੱਕ ਹੱਦ ਤੋਂ ਵੱਧ ਲੱਗੇ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ ਜੇ ਪਾਣੀ ਇੱਕ ਨਿਸ਼ਚਿਤ ਹੱਦ ਤੱਕ ਖੇਤ ਦੇ ਵਿੱਚ ਖੜਾ ਰਵੇ ਤਾਂ ਇਹ ਜਿਹੜਾ ਆਪਾਂ ਨੂੰ ਕਹਿੰਦੇ ਕਿ ਚੰਬਲ ਜਾਂਦੀ ਹੈ ਤੇ ਬੜੀ ਤੇਜ਼ੀ ਨਾਲ ਅੱਗੇ ਫਟਾਰ ਵੀ ਕਰਦੀ ਲੱਗੇ ਵੱਧਦੀ ਵੀ ਹੈ ਜੇ ਥੋੜਾ ਬਹੁਤ ਬਾਦ ਘਟ ਹੋ ਜਾਂਦੀ ਹੈ ਤਾਂ ਇਹ ਹੀ ਪਾਣੀ ਮੁਸੀਬਤ ਬਣ ਜਾਂਦਾ ਹੈ ਜਿਹੜਾ ਟਾਈਮ ਹੁਣ ਚੱਲ ਰਿਹਾ ਹੈ ਹੁਣ ਮਤਲਬ ਇਹ ਕਿ ਪੈਨਿਕਲ ਇਨੀਸ਼ੀਏਸ਼ਨ ਤੋਂ ਲੈ ਕੇ ਮੁੰਜਰ ਨਿਕਲਣ ਤੱਕ ਪੈਨਿਕਲ ਇਨੀਸ਼ੀਏਸ਼ਨ ਨੂੰ ਵੀ ਕਈ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਗਮਰਾਹ ਕਰਨ ਲਈ ਕੁਝ ਯੂਟਿਊਬਰਸ ਨੇ ਪਤਾ ਨਹੀਂ ਕੀ ਕੀ ਬਣਾ ਕੇ ਛੱਡ ਰੱਖਿਆ ਦੇਖੋ ਇਹ ਪੈਨਿਕਲ ਇਨੀਸ਼ੀਏਸ਼ਨ ਕੋਈ ਜ਼ਿਆਦਾ ਵੱਡੀ ਚੀਜ਼ ਨਹੀਂ ਹੁੰਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਬੂਟੇ ਦੇ ਅੰਦਰਲੇ ਪਾਸੇ ਗੋਪ ਦੀ ਨੀ ਰੱਖੀ ਜਾਣੀ ਹੁੰਦੀ ਹੈ ਜਿਸ ਟਾਈਮ ਤੇ ਇੱਕੋ ਗੰਡ ਬਣ ਰਹੀ ਹੁੰਦੀ ਹੈ ਜਿਸ ਦੇ ਉੱਪਰਲੇ ਪਾਸੇ ਨਿੱਕੀ ਜੀ ਕੁੰਡੀਆਂ ਬਣਨੀਆਂ ਸ਼ੁਰੂ ਹੁੰਦੀਆਂ ਜائیں ਕਹੋ ਕਿ ਨਿੱਕੀ ਜੀ ਮੁੰਜਰ ਬਾਨੀ ਸ਼ੁਰੂ ਹੁੰਦੀ ਹੈ ਉਹਨੂੰ ਅਸੀਂ ਪੈਨਿਕਲ ਇਨੀਸ਼ੀਏਸ਼ਨ ਕਹਿੰਦੇ ਆ ਉਸ ਤੋਂ ਗਾਂ ਫੇਰੇ ਵੱਡੀ ਹੁੰਦੀ ਹੈ ਫਿਰ ਹੋਰ ਵੱਡੀ ਹੁੰਦੀ ਹੈ ਫਿਰ ਹੋਰ ਵੱਡੀ ਹੁੰਦੀ ਹੈ ਇਹ ਸਾਰੀਆਂ ਅਲੱਗ-ਅਲੱਗ ਸਟੇਜਸ ਹੁੰਦੀਆਂ ਮੈਂ ਕਿਸੇ ਹੋਰ ਵੀਡੀਓ 'ਚ ਗੱਲ ਕਰਕੇ ਦੱਸਦੇ ਹਾਂਗਾ ਤਾਂ ਪੈਨਿਕਲ ਇਨੀਸ਼ੀਏਸ਼ਨ ਤੋਂ ਲੈ ਕੇ ਚੌਨਾ ਨਿਸਰਣ ਤੱਕ ਪਾਣੀ ਦਾ ਪ੍ਰਬੰਧ ਕਿਵੇਂ ਕਰਨਾ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ ਇਸ ਤੋਂ ਪਹਿਲਾਂ ਪਾਣੀ ਦਾ ਪ੍ਰਬੰਧ ਕਿਵੇਂ ਕਰਨਾ ਉਸਤੇ ਪਹਿਲਾਂ ਵੀਡੀਓ ਮੈਂ ਪਾ ਚੁੱਕਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੜ ਮਰਖਾਈ ਸਭ ਤੋਂ ਪਹਿਲਾਂ ਫਤਹੀ ਸਾਂਝ ਪਾਉਣੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਦੋਸਤੋ ਇਸ ਸਮੇਂ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਖੇਤ ਦੇ ਵਿੱਚ 5 ਸੈਂਟੀਮੀਟਰ ਦੀ ਡੈਪਥ ਰੱਖੀਏ ਪਾਣੀ ਦੀ ਮਤਲਬ ਕਿ 2 ਇੰਚ ਦੇ ਲਗਭਗ ਖੇਤ ਦੇ ਵਿੱਚ ਪਾਣੀ ਹੋਣਾ ਚਾਹੀਦਾ ਹੈ ਲਗਾਤਾਰ ਨਹੀਂ ਖੜਾਉਣਾ ਤਾਂ ਪਹਿਲਾ ਕੰਮ ਕੰਮ ਤਾਂ ਤੇ ਦੇਖਦੇ ਹਾਂ ਕਿ ਜੇਕਰ 2 ਇੰਚ ਤੋਂ ਵੱਧ ਪਾਣੀ ਖੜ ਜਾਂਦਾ ਫਿਰ ਕੀ ਹੁੰਦਾ ਹੈ 2 ਇੰਚ ਤੋਂ ਵੱਧ ਪਾਣੀ ਖੜਾ ਰਹਿਣ ਕਰਕੇ ਖੇਤ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਵੱਧਦੀ ਹੈ ਤਨਾ ਜਿਹੜਾ ਹੈਗਾ ਉਹ ਪੋਲਾ ਹੋ ਜਾਂਦਾ ਜਿਹਦੇ ਕਰਕੇ ਗਾਂ ਰਸ ਜੂਸ ਦੇ ਕੀੜਿਆਂ ਦਾ ਅਟੈਕ ਯਾਰਾ ਹੁੰਦਾ ਤੇ ਲੋਕਲ এনवायरमेंट ਦੇ ਵਿੱਚ ਗਰਮੀ ਪੈਣ ਦੇ ਕਰਕੇ ਬਹੁਤ ਜ਼ਿਆਦਾ ਹਿਊਮਿਡਿਟੀ ਤੇ ਜਿਹੜਾ ਹੈਗਾ ਇੱਕ ਗਰਮਤਾ ਜਿਹੜਾ ਲੱਗਦਾ ਹੈ ਉਹਦੇ ਕਰਕੇ ਫਿਰ ਉਲੀ ਰੋਗ ਤੇ ਰਸ ਜੂਸ ਦੇ ਕੀੜਿਆਂ ਦਾ ਹਮਲਾ ਵੱਧਦਾ ਹੈ ਤੇ ਤਨਾ ਜਿਹੜਾ ਕਮਜ਼ੋਰ ਹੁੰਦਾ ਹੈ ਤੇ ਜੇਕਰ ਪਾਣੀ ਘਟ ਜਾਂਦਾ ਹੈ ਪਾਣੀ ਘਟ ਰੱਖਦੇ ਹਾਂ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਕਿ ਜਿਵੇਂ ਤੁਹਾਡੀ ਆਖਾ ਪੈਨਿਕਲ ਇਨੀਸ਼ੀਏਸ਼ਨ ਸਟੇਜ ਹੈ ਬੂਟਿੰਗ ਸਟੇਜ ਹੈ ਹੈਡਿੰਗ ਸਟੇਜ ਹੈ ਤੇ ਫਲਾਵਰਿੰਗ ਸਟੇਜ ਹੈ ਇਹ ਸਾਰੀਆਂ ਸਟੇਜਾਂ ਹੁਣੇ ਆਉਣੀਆਂ ਇਸ ਤੋਂ ਬਾਅਦ ਇਹਨਾਂ ਸਾਰੀਆਂ ਦੇ ਵਿੱਚ ਪਾਣੀ ਦੇਦਾ ਜੇ ਬੁੱਟੇ ਨੂੰ ਸੁੱਕਾ ਲੱਗ ਗਿਆ ਤਾਂ ਨੁਕਸਾਨ ਵੀ ਹੁੰਦਾ ਹੈ ਮਤਲਬ ਕਿ ਪਾਣੀ ਭਰ ਕੇ ਵੀ ਨਹੀਂ ਰੱਖਣਾ ਤੇ ਸੁੱਕਾ ਵੀ ਨਹੀਂ ਲੱਗਣ ਦੇਣਾ ਤਾਂ ਫਿਰ ਕਿਵੇਂ ਕਰਨਾ ਹੈ ਅਕਸਰ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਤਰੀਕਾ ਮੇਰੇ ਖਿਆਲ ਤਿੰਨ ਚਾਰ ਸਾਲ ਹੋ ਗਏ ਉਹਨੇ ਚੀਜ਼ ਸਮਝਾਉਂਦੇ ਹੋਏ ਕਿ ਬਈ ਖੇਤ ਦੇ ਚ ਪਾਣੀ ਲਾਉਣ ਦਾ ਟੰਗ ਹਮੇਸ਼ਾ ਇਹ ਰੱਖਣਾ ਹੈ ਕਿ ਖੇਤ ਨੂੰ ਪਾਣੀ ਦੇ ਨਾਲ ਭਰ ਦਿੱਤਾ 2 ਇੰਚ ਦੇ ਲਗਭਗ ਉਹ ਠੀਕ ਹੈ ਕਿ ਮੈਂ ਜਾਣਦਾ ਕਿ ਅਸੀਂ 2 ਦੀ ਜਗ੍ਹਾ 3 ਵੀ ਕਰ ਸਕਦੇ ਹਾਂ 4 ਵੀ ਕਰ ਸਕਦੇ ਹਾਂ 5 ਵੀ ਕਰ ਸਕਦੇ ਹਾਂ ਸਾਡਾ ਜਟਕਾ ਸੌਦਾ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਪਰੰਤੂ ਜਦੋਂ ਪਾਣੀ ਜ਼ਮੀਨ ਦੇ ਵਿੱਚ ਸਾਰਾ ਜਜਬ ਹੋ ਜਾਂਦਾ ਹੈ ਤਾਂ ਜਜਬ ਹੋਣ ਤੋਂ 2 ਦਿਨ ਬਾਅਦ ਪਾਣੀ ਦੇਣਾ ਹੁੰਦਾ ਹੈ ਜਜਬ ਹੋਣ ਤੋਂ 2 ਦਿਨ ਬਾਅਦ ਪਾਣੀ ਖੇਤ ਦੇ ਵਿੱਚ ਦੇਣਾ ਹੁੰਦਾ ਹੈ ਗੱਲ ਸਮਝ ਆ ਗਈ ਖੇਤ ਦੇ ਵਿੱਚ ਪੈਨਿਕਲ ਇਨੀਸ਼ੀਏਸ਼ਨ ਤੋਂ ਲੈ ਕੇ ਝੋਨਾ ਨਿਸਰਨ ਤੱਕ 5 ਸੈਂਟੀਮੀਟਰ ਪਾਣੀ ਮੈਂਟੇਨ ਰੱਖਣਾ ਹੈ ਲੇਕਿਨ ਇਹਨਾਂ ਨੂੰ ਲਗਾਤਾਰ ਖੜਾ ਕੇ ਨਹੀਂ ਰੱਖਣਾ ਪਾਣੀ ਲਾ ਦਿੱਤਾ ਪਾਣੀ ਜ਼ਮੀਨ ਚ ਜਜਬ ਹੋ ਗਿਆ ਜਦੋਂ ਜਜਬ ਹੋਏ ਨੂੰ 2 ਦਿਨ ਹੋ ਗਏ ਤਾਂ ਦੁਬਾਰਾ ਫਿਰ ਖੇਤ ਦੇ ਵਿੱਚ ਪਾਣੀ ਲਾ ਦਿੱਤਾ ਇਹ ਤਰੀਕਾ ਜਿਹੜਾ ਬੈਸਟ ਤਰੀਕਾ ਹੈਗਾ ਖੇਤ ਨੂੰ ਪਾਣੀ ਲਾਉਣ ਦਾ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਹੁਣ ਪੂਰਾ ਸੋਕਾ ਲਵਾ ਦੇਣਾ ਤਾਂ ਇਸ ਟਾਈਮ ਤੇ ਪੂਰਾ ਸੋਕਾ ਨਹੀਂ ਲਵਾ ਸਕਦੇ ਉਹ ਵੱਖਰੀ ਗੱਲ ਹੈ ਕਿ ਤੁਹਾਡੇ ਖੇਤ ਦੇ ਵਿੱਚ ਬੈਕਟੀਰੀਅਲ ਬ্লাইਟ ਬਿਮਾਰੀ ਆਈ ਹੈ ਤਾਂ ਸੋਕਾ ਲਵਾਉਣਾ ਮਜਬੂਰੀ ਹੈ ਕਿਉਂਕਿ ਜਿਹੜਾ ਨੁਕਸਾਨ ਹੁੰਦਾ ਉਹ ਸਹਿਣ ਕਰਨਾ ਪਏਗਾ ਜੇ ਨਹੀਂ ਕਰਾਂਗੇ ਤਾਂ ਬੈਕਟੀਰੀਅਲ ਬ্লাইਟ ਜਿਹੜਾ ਹੈਗਾ ਪੂਰੇ ਦਾ ਪੂਰਾ ਖੇਤ ਹੀ ਖਤਮ ਕਰ ਦੇਗੀ ਠੀਕ ਹੈ ਉਹ ਕੋਈ ਸਥਿਤੀ ਵੱਖਰੀ ਹੋ ਸਕਦੀ ਹੈ ਜਦੋਂ ਅਸੀਂ ਸੁੱਕਾ ਜ਼ਿਆਦਾ ਲਵਾਈਏ ਪਰੰਤੂ ਜ਼ੇਰਾ ਪਾਣੀ ਸਕਾਉਣ ਦਾ ਮਤਲਬ ਸੁੱਕਾ ਲਵਾਉਣਾ ਨਹੀਂ ਹੁੰਦਾ ਪਾਣੀ ਸਕਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੇ ਪਾਣੀ ਜੱਜਵਣ ਤੋਂ 2 ਦਿਨ ਤੱਕ ਹਵਾ ਲਵਾਈਏ ਤਾਂ ਫਿਰ ਪਾਣੀ ਨੂੰ ਅਸੀਂ ਦੇਈਏ ਤਾਂ ਇਹਦੇ ਨਾਲ ਜੜ੍ਹਾਂ ਨੂੰ ਫਰੈਸ਼ ਆਕਸੀਜਨ ਮਿਲਦੀ ਹੈ ਤਾਂਨਾ ਮਜ਼ਬੂਤ ਹੁੰਦਾ ਹੈ ਉੱਲੀ ਰੋ ਘਟਦਾ ਹੈ ਤੇ ਤੇਲੇ ਦਾ ਹਮਲਾ ਘਟ ਹੁੰਦਾ ਹੈ ਤੇ ਬੂਟਾ ਢੜਾ ਤੰਦਰੁਸਤ ਰਹਿੰਦਾ ਹੈਗਾ ਤਾ ਇਹ ਚੀਜ਼ ਮੇਰੇ ਖਿਆਲ ਚ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਕਿ ਪਾਣੀ ਅਸੀਂ ਕਿੰਨਾ ਰੱਖਣਾ ਹੈ ਜਿਵੇਂ ਤੁਹਾਡਾ ਚੋਨਾ ਅਨਸਾਰੇ ਵਾਲੇ ਪਾਸੇ ਆਉਂਦਾ ਹੈ ਤਾਂ ਪਾਣੀ ਦਾ ਸਿਸਟਮ ਇੱਕ ਵੱਖਰਾ ਹੋ ਜਾਂਦਾ ਹੈ ਤਾਂ ਉਹ ਮੈਂ ਅਗਲੀ ਵੀਡੀਓ ਚ ਗੱਲ ਕਰਾਂਗਾ ਹੋਣ ਵਾਲੀ ਵੀਡੀਓ ਸਿਰਫ ਇੰਨਾ ਹੀ ਹੈ ਬਈ ਧਿਆਨ ਰੱਖਿਓ ਜੋ ਕਿ ਤੁਹਾਡੀ ਜਿਹੜੀ ਆ ਸਟੇਜ ਚੱਲ ਰਹੀ ਨਾ ਪੈਨਿਕਲ ਇਨੀਸ਼ੀਏਸ਼ਨ ਇਸ ਤੋਂ ਬਾਅਦ ਦੇ ਵਿੱਚ ਬੂਟਿੰਗ ਹੈਡਿੰਗ ਤੇ ਫਲਾਵਰਿੰਗ ਇਹ ਇੱਥੇ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਦਾ ਸਟ੍ਰੈਸ ਨਹੀਂ ਹੋਣਾ ਚਾਹੀਦਾ ਬੂਟੇ ਨੂੰ ਨਾ ਹੀ ਜ਼ਿਆਦਾ ਤੇ ਨਾ ਹੀ ਘੱਟ ਤਾਂ ਇਹਦੀ ਮੈਨੇਜਮੈਂਟ ਵਾਸਤੇ ਇੱਕੋ ਹੀ ਤਰੀਕਾ ਯਾਰ ਕਿ ਆਪ ਦਾ ਜਿਹੜਾ ਹੈਗਾ 4 ਮਕੇ 5 ਸੈਂਟੀਮੀਟਰ ਤੱਕ ਪਾਣੀ ਰੱਖਣਾ ਹੈ 5 ਸੈਂਟੀਮੀਟਰ ਨੇ 2 ਇੰਚ ਕਿੰਨੇ ਆ ਜਦੋਂ ਇੱਕ ਵਾਰੀ ਪਾਣੀ ਜੀਰ ਗਿਆ 2 ਦਿਨ ਤੱਕ ਜਿਹੜਾ ਹੈਗਾ ਹਵਾ ਲੱਗਣ ਦਿਓ ਦੁਬਾਰਾ ਫਿਰ ਪਾਣੀ ਲਾ ਦਿਓ ਇਸ ਤਰੀਕੇ ਦੇ ਨਾਲ ਫਸਲ ਚ ਜਿਹੜਾ ਹੈਗਾ ਕੀੜੇ ਮਕੌੜਿਆਂ ਤੋਂ ਬਿਮਾਰੀਆਂ ਤੋਂ ਬਚੀ ਰਹੇਗੀ ਅਤੇ ਝਾੜ ਵੀ ਵਧੇਰੇ ਆਏਗਾ ਤੇ ਜੇਕਰ ਤੁਸੀਂ ਪਾਣੀ ਲਗਾਤਾਰ ਪਰਕੇ ਰੱਖਦੇ ਹੋ ਤਾਂ ਫਿਰ ਬਰਾਉਨ ਲੀਫ ਸਪੌਟ ਤੇ ਜਿਹੜਾ ਹੈਗਾ ਇਹ ਸ਼ੀਥ ਫਲਾਈਟ ਤੇ ਤੇਲਾ ਤੇ ਹੋਰ ਪਤਾ ਨਹੀਂ ਕੀ ਕੁਝ ਆਏਗਾ ਤੇ ਜੇਕਰ ਪਾਣੀ ਘੱਟ ਕਰੋਗੇ ਤਾਂ ਫਿਰ ਜਿਹੜਾ ਹੈਗਾ ਟਾੜਾ ਜਿਹੜਾ ਮੁੰਜਰ ਦਾ ਸਾਈ ਛੋਟਾ ਰਹਿ ਜਾਏਗਾ ਦਾਣੇ ਦਾ ਵਜ਼ਨ ਘਟ ਜਾਏਗਾ ਤਾਂ ਤੁਹਾਡਾ ਉਹ ਵੀ ਨੁਕਸਾਨ ਹੋਏਗਾ ਇਸ ਕਰਕੇ ਇਸ ਸਟੇਜ ਨੂੰ ਬੜੇ ਧਿਆਨ ਦੇ ਨਾਲ ਪਾਣੀ ਇੱਥੇ ਤੁਸੀਂ ਲਗਾਉਣਾ ਹੈ ਠੀਕ ਹੈ ਜੀ ਹੁਣ ਜਦੋਂ ਨਿਸਾਰਾ ਸ਼ੁਰੂ ਹੋ ਗਿਆ ਉਦੋਂ ਪਾਣੀ ਕਿਵੇਂ ਲਾਉਣਾ ਇਹ ਅਗਲੀ ਵੀਡੀਓ ਚ ਗੱਲ ਕਰਦਾ ਹਾਂ ਇਹ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ